ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਉਣ ਲੱਗੇ ਹਾਂ ਮੈਂਗੋ ਦੀ ਫਿਰਨੀ। ਅਤੇ ਹੁਣ ਅੱਜ ਕੱਲ੍ਹ ਅੰਬ ਬਹੁਤ ਜ਼ਿਆਦਾ ਆਉਣ ਲੱਗ ਗਏ, ਹੁਣ ਨਵੀਂ ਨਵੀਂ ਰੈਸਪੀ ਆ ਪਾਓ ਅੰਬਾਂ ਦੀ। ਅਤੇ ਇਹ ਅੰਬ ਅੰਬ ਰੁੱਤ ਦਾ ਮੇਵਾ, ਅੰਬਾਂ ਗਰਮੀਆਂ ਵਾਲਾ ਮੇਵਾ, ਇਹਦੀ ਆਪਾਂ ਰੈਸਪੀ ਬਣਾਉਂਦੇ ਹਾਂ ਹੁਣ। ਇਹ ਬਣਾਵਾਂਗੇ ਆਪਾਂ ਫਿਰਨੀ। ਆਹ ਮੈਂ 4 ਚਮਚ ਲਏ ਸੀ ਚੌਲ, ਜਿਹੜੀਆਂ 2 ਮੁੱਠੀਆਂ ਇੰਚ ਕਰਕੇ ਪਾ ਲਈਆਂ ਸੀ। ਇਹਨਾਂ ਨੂੰ ਮੈਂ 1.5 ਘੰਟਾ ਭਿਉਂ ਦਿੱਤਾ ਚੌਲ, ਅਤੇ ਇਹ ਹੁਣ ਭਿੱਜ ਗਏ। ਇਹਨਾਂ ਦਾ ਪਾਣੀ ਕੱਢ ਕੇ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਲੈਂਦੇ ਹਾਂ। 1/2 ਕਿਲੋ ਦੁੱਧ ਲਿਆ, 500 ਗ੍ਰਾਮ। ਇਹ ਜਦੋਂ ਇਹ ਗਰਮ ਹੋ ਜੂਗਾ ਚੰਗੀ ਤਰ੍ਹਾਂ, ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ, ਜ਼ਿਆਦਾ ਬਰੀਕ ਨਹੀਂ ਪੀਸਣਾ, ਥੋੜ੍ਹਾ ਜਿਹਾ ਮੋਟਾ ਹੀ ਰੱਖਣਾ। ਹੁਣ ਆਪਾਂ ਇਹਨੂੰ ਪਾ ਲੈਣਾ ਵਿੱਚ, 2 ਕੁ ਚਮਚ ਮੈਂ ਪਾਣੀ ਪਾ ਲਿਆ ਵਿੱਚ। ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰੈਂਡ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਦੁੱਧ ਦਾ ਕੱਪ, ਦੁੱਧ ਨੂੰ ਜਦੋਂ ਵਾਲੀ ਆ ਜੂਗੀ ਫਿਰ ਆਪਾਂ ਇਹਨਾਂ ਨੂੰ ਵਿੱਚ ਪਾ ਲਿਆ। ਦੇਖੋ ਜੀ ਇਸ ਤਰ੍ਹਾਂ ਚੰਗੀ ਆ, ਥੋੜ੍ਹੇ ਥੋੜ੍ਹੇ ਆ ਦਲ ਮਰ ਜੇ ਹੋ ਗਏ, ਜਾਣੀ ਜ਼ਿਆਦਾ ਬਰੀਕ ਨਹੀਂ ਕਰਨੇ ਆਪਾਂ, ਇਸ ਤਰ੍ਹਾਂ ਦੇ ਪੀਸੇ ਜਾਂਦੇ ਆ। 2-3 ਚਮਚੇ ਮੈਂ ਪਾਣੀ ਪਾ ਲਿਆ ਸੀ, ਹੁਣ ਇਹ ਦੁੱਧ ਨੂੰ ਉਬਾਲੀ ਆ ਜਾਵੇ ਫਿਰ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਦੇਣੇ। ਆਹ ਦੇਖੋ ਜੀ ਦੁੱਧ ਨੂੰ ਉਬਾਲੀ ਆ ਗਈ ਚੰਗੀ ਤਰ੍ਹਾਂ। ਹੁਣ ਆਪਾਂ ਜਿਹੜੇ ਚੌਲ ਪੀਸੇ ਸੀਗੇ ਉਹ ਵੀ ਆਪਾਂ ਵਿੱਚ ਪਾ ਦੇਣੇ। ਹਿਲਾਈ ਜਾਓ, ਨਹੀਂ ਤਾਂ ਇਹ ਨਾ ਥੱਲੇ ਲੱਗ ਜਾਂਦੇ ਆ। ਇਹਦੇ ਵਿੱਚ ਆਪਾਂ ਦੁੱਧ ਪਾ ਕੇ ਚੰਗੀ ਤਰ੍ਹਾਂ ਘੋਲ ਕੇ ਫਿਰ ਪਾ ਲੈਣੇ ਵਿੱਚ। ਕੋਲੋਂ ਆਪਾਂ ਅੰਬ ਛਿੱਲ ਲੈਂਦੇ ਹਾਂ। ਅੰਬ ਕੱਟ ਲਿਆ, ਬਲਕ ਤਿਆਰ ਕਰ ਲੈਂਦੇ ਹਾਂ। ਅੰਬ ਇਹ ਸਫੇਦਾ ਅੰਬ ਨੇ, ਸਫੇਦਾ ਅੰਬ ਲੈ ਲਓ ਤੁਸੀਂ। ਆਹ ਦੇਖੋ ਜੀ ਇੱਕ ਅੰਬ ਦੀ ਪਿਊਰੀ ਬਣ ਕੇ ਤਿਆਰ ਹੋ ਗਈ। ਅਤੇ ਇਹ ਤੁਸੀਂ ਅੰਬ, ਮੈਂ ਇਹ ਸਫੇਦਾ ਅੰਬ ਲਏ ਨੇ, ਤੁਸੀਂ ਕੋਈ ਵੀ ਅੰਬ ਲੈ ਸਕਦੇ ਹੋ ਬਿਨਾਂ ਰੇਸ਼ੇ ਵਾਲੇ। ਅੰਬ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ, ਮਿੱਠਾ। ਅਤੇ ਆਹ ਦੇਖੋ ਇਹਨੂੰ ਵੀ 10-15 ਮਿੰਟ ਹੋ ਗਏ, ਸੰਘਣਾ ਹੋ ਗਿਆ ਆਪਣਾ ਦੁੱਧ। ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ, ਇਹਦੇ ਵਿੱਚ ਗੁਠਲੀਆਂ ਨਹੀਂ ਬਣਨੀਆਂ ਚਾਹੀਦੀਆਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਚੀਨੀ। ਆਹ ਵਾਲੇ 4 ਚਮਚ ਮੈਂ ਚਾਵਲ ਲਏ ਸੀਗੇ, ਇਹੀ 4 ਚਮਚ ਆਪਾਂ ਪਾਉਂਦੇ ਹਾਂ ਚੀਨੀ। ਚੰਗੀ ਤਰ੍ਹਾਂ ਮਿਕਸ ਕਰ ਲਓ, ਗੈਸ ਨੂੰ ਲੋ ਮੀਡੀਅਮ ਰੱਖਣਾ। ਥੋੜ੍ਹੇ ਜਿਹੇ ਪਾ ਦੇਣੇ ਆਪਾਂ ਵਿੱਚ ਕਾਜੂ, ਥੋੜ੍ਹੇ ਜਿਹੇ ਪਾ ਦੇਣੇ ਆਪਾਂ ਬਦਾਮ ਕੱਟੇ ਹੋਏ ਬਰੀਕ ਬਰੀਕ, ਥੋੜ੍ਹਾ ਜਿਹਾ ਪਾ ਦੇਣੇ ਆਪਾਂ ਪਿਸਤਾ, ਗੁੜ ਪਾ ਦੇਣੇ। ਗੈਸ ਨੂੰ ਮੈਂ ਥੋੜ੍ਹਾ ਜਿਹਾ ਵੱਧ ਕਰਤਾ ਹਾਈ ਤੇ। ਚੀਨੀ ਹੁਣ ਐਨ ਚੰਗੀ ਤਰ੍ਹਾਂ ਵਿੱਚ ਘੁਲ ਗਈ। ਆ ਦੇਖੋ ਇਸ ਤਰ੍ਹਾਂ ਦਾ ਬਣ ਗਿਆ। ਹੁਣ ਆਪਾਂ ਨੂੰ ਗੈਸ ਨੂੰ ਬੰਦ ਕਰ ਦਿੰਦੇ ਹਾਂ। ਥੋੜ੍ਹਾ ਨਾਲ ਜਿਹਾ ਲੱਗਣ ਲੱਗ ਗਿਆ ਨਾ, ਥੋੜ੍ਹਾ ਥੋੜ੍ਹਾ ਸੰਘਣਾ ਹੋ ਗਿਆ, ਫਿਰ ਗੈਸ ਨੂੰ ਬੰਦ ਕਰਤਾ ਆਪਾਂ। ਹੁਣ ਆਪਾਂ ਜਿਹੜੀ ਮੈਂਗੋ ਪੂਰੀ ਤਿਆਰ ਕੀਤੀ ਸੀ ਇਹ ਆਪਾਂ ਵਿੱਚ ਪਾ ਲਈ, ਗੈਸ ਬੰਦ ਕਰਕੇ ਫਿਰ ਪਾਉਣਾ।
ਜੀ ਆਪਾਂ ਹੁਣ ਇਹਨੂੰ ਵੱਡੇ ਬੋਲ ਚ ਪਾ ਲੈਣੇ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਮਿਕਸ ਕਰ ਦਿੰਨੇ ਆ ਇਹ ਆਪਾਂ ਛੋਟੇ ਛੋਟੇ ਪੀਸ ਕੱਟ ਲਏ ਸੀ ਮੈਂਗੋ ਦੇ ਥੋੜਾ ਜਿਹਾ ਆਪਾਂ ਬਦਾਮ ਪਾ ਦਿਓ ਥੋੜਾ ਪਿਸਤਾ ਪਾ ਦਿਓ ਕਾਜੂ ਪਾ ਦਿਓ ਥੋੜੇ ਜਿਹੇ ਮੈਂਗੋ ਪਾ ਦਿਓ फ्रिज में रख दिया ठंडा होने वास्ते घंटा डेढ़ लग जू ठंडा हो जूगा फिर आप खावे लो जी मैंगो फिरनी बन के तैयार हो गई जी खाओ जी इंजॉय करो खा के ये भी रुत का मेवा होंगे क्यों मैंगो गर्मिया च ही आते हैं ज़्यादा तुम नवी नवी रेसिपिया खाओ बना के बहुत टेस्टी बनती है ना बहुत सौखे तरीके कोई ज़्यादा टाइम भी नहीं लगता जी चलो जी ठीक है फिर आप मिलते हैं अगली वीडियो तद तक मेरी वीडियो तुम लाइक तो शेयर जरूर करा करो जो तुम मेरी वीडियो वधिया लगती है तो जिहड़े मेरे भैन भरा वीर पहली बार मेरी वीडियो देख रहे हैं तो मेरी वीडियो सबसक्राइब जरूर करा करो जी कमेंट करके दस्या करो चलो जी ठीक है फिर ओके बाय बाय सत श्री अकाल जी।